ਸਤਿ ਸ਼੍ਰੀ ਅਕਾਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਦੀ ਰੇਲ ਦੀ ਪਟੜੀ ਤੋਂ ਮਿਲੀ ਜਵਾਨ ਮੁੰਡੇ ਦੀ ਲਾਸ਼ ਲਾਸ਼ ਦੀ ਬਾਹ ਤੇ ਲਿਖੀ ਸੀ ਆਹ ਗੱਲ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਕੋਣ ਕਿਸੇ ਦੇ ਨਾਲ ਕਿਸ ਤਰ੍ਹਾਂ ਦਾ ਸਲੂਕ ਕਰ ਜਾਵੇ ਕੁਝ ਨਹੀਂ ਕਿਹਾ ਜਾ ਸਕਦਾ ਜ਼ਿਆਦਾਤਰ ਇਨਸਾਨ ਮੌਕੇ ਦੀ ਭਾਲ ਵਿੱਚ ਰਹਿੰਦੇ ਨੇ ਤੇ ਮੌਕਾ ਮਿਲਨ ਤੇ ਕੁਝ ਵੀ ਕਰ ਸਕਦੇ ਨੇ ਲੁਧਿਆਣਾ ਦੇ ਢੋਲੇਵਾਲ ਚੌਂਕ ਦੇ ਨੇੜੇ ਰੇਲਵੇ ਲਾਈਨ ਤੇ ਇੱਕ ਨੌਜਵਾਨ ਦੀ ਮ੍ਰਿਤਕ ਦੇ ਮਿਲੀਆ ਨੌਜਵਾਨ ਦਾ ਨਾਮ ਸਤੀਸ਼ ਦੱਸਿਆ ਜਾ ਰਿਹਾ ਤੇ ਉਮਰ 17 ਸਾਲ ਆ ਰਾਮਨਗਰ ਦਾ ਰਹਿਣ ਵਾਲਾ ਤੇ ਰੇਲਵੇ ਪੁਲਿਸ ਨੇ 174 ਦੀ ਕਾਰਵਾਈ ਕੀਤੀ ਪਤਾ ਲੱਗਾ ਕਿ ਨੌਜਵਾਨ ਪਿਛਲੇ ਕੁਝ ਦਿਨਾ ਤੋਂ ਘਰ ਤੋਂ ਲਾਪਤਾ ਸੀ ਉਸ ਦਾ ਪਰਿਵਾਰ ਉਸ ਦੀ ਪਾਲ ਕਰ ਰਿਹਾ ਸੀ ਪਰਿਵਾਰ ਦਾ ਮੰਨਣਾ ਹੈ ਕਿ ਸਤੀਸ਼ ਕੁਮਾਰ ਨੂੰ ਕੱਲ 3 ਵਜੇ ਫੋਨ ਕਰਕੇ ਘਰ ਬੁਲਾਇਆ ਗਿਆ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਮੁੜਿਆ ਪਰਿਵਾਰ ਦੇ ਵੱਲੋਂ ਸੋਨੂ ਨਾਮ ਦੇ ਵਿਅਕਤੀ ਦੇ ਇਲਜ਼ਾਮ ਲਾਏ ਜਾ ਰਹੇ ਨੇ ਇਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਕਿਉਂਕਿ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ ਮ੍ਰਿਤਕ ਪਰਿਵਾਰ ਨੂੰ ਰਾਤ 11 ਵਜੇ ਪਤਾ ਲੱਗਾ ਹੈ ਕਿ ਰੇਲਵੇ ਟਰੈਕ ਤੇ ਕੋਈ ਮ੍ਰਿਤਕ ਦੇ ਪਈਆ ਜਦੋਂ ਪਰਿਵਾਰ ਉੱਥੇ ਪਹੁੰਚਿਆ ਤਾਂ ਰੇਲਵੇ ਪੁਲਿਸ ਵਾਲੇ ਮ੍ਰਿਤਕ ਦੇ ਨੂੰ ਉਥੋਂ ਲਜਾ ਚੁੱਕੇ ਸਨ ਪਰਿਵਾਰ ਦੇ ਕੁਝ ਰਿਸ਼ਤੇਦਾਰ ਰੇਲਵੇ ਪੁਲਿਸ ਥਾਣੇ ਗਏ ਪਤਾ ਲੱਗਾ ਕਿ ਮ੍ਰਿਤਕ ਦੇ ਸਿਵਲ ਹਸਪਤਾਲ ਦੀ ਮੋਰਚਰੀ ਚੁਰਕਵਾ ਦਿੱਤੀ ਗਈ ਹੈ ਉਸ ਦੀ ਸੱਜੀ ਬਾਹ ਤੇ ਸतीश ਲਵ ਰਾਣੀ ਲਿਖਿਆ ਹੋਣ ਬਾਰੇ ਦੱਸਿਆ ਜਾ ਰਿਹਾ ਜੀ ਮ੍ਰਿਤਕ 6 ਵਜੇ ਪਰਿਵਾਰ ਸਿਵਲ ਹਸਪਤਾਲ ਚ ਪਹੁੰਚਿਆ ਸਵੇਰੇ ਜਿੱਥੇ ਉਹਨਾਂ ਨੇ ਉਸ ਦੀ شناخت ਕਰ ਲਈ ਹੈ ਸੋ ਦੇ ਮ੍ਰਿਤਕ ਦੇ ਦੀ ਹਾਲਤ ਠੀਕ ਨਹੀਂ ਸੀ ਤੇ ਪੁਲਿਸ ਨੂੰ ਕੋਈ ਵੀ شناختੀ ਕਾਰਡ ਨਹੀਂ ਮਿਲਿਆ ਪਰ ਪਰਿਵਾਰ ਨੇ ਉਸ ਦੀ ਪਛਾਣ ਕਰ ਲਈ ਹੈ